ਆਪਣੀਆਂ ਬੱਤੀਆਂ ਵਾਲੀਆਂ ਗੱਡੀਆਂ 'ਚ ਉਤਰ ਰਹੇ ਮੰਤਰੀਆਂ ਦੀਆਂ ਤਸਵੀਰਾਂ ਖੰਨਾ ਦੇ ਪਿੰਡ ਮੋਹਨਪੁਰ ਅਤੇ ਰਸੂਲੜਾ ਦੀਆਂ ਨੇ, ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ 'ਚ ਸ਼ਰੇਆਮ ਕਰੋਨਾ ਨਿਯਮਾਂ ਦੀਆਂ ਧੱਜੀਆਂ ਉੱਡਦੀਆਂ ਦਿਖਾਈ ਦੇ ਰਹੀਆਂ ਨੇ। ਦਰਅਸਲ ਇਹਨਾਂ ਪਿੰਡਾਂ 'ਚ ਸਥਾਨਕ MLA ਦੇ ਸਹਿਯੋਗ ਨਾਲ ਖੇਡ ਸਟੇਡੀਅਮ ਤਿਆਰ ਕਰਵਾਏ ਗਏ ਸੀ, ਜਿਨ੍ਹਾਂ ਦਾ ਉਦਘਾਟਨ ਕਰਨ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਵਿਧਾਇਕ ਲਖਵੀਰ ਸਿੰਘ ਆਪਣੇ ਲੋਕਾਂ ਨਾਲ ਉੱਥੇ ਪਹੁੰਚੇ, ਜਿੱਥੇ ਉਹਨਾਂ ਨੇ ਖੇਡ ਸਟੇਡੀਅਮ ਦਾ ਉਦਘਾਟਨ ਵੀ ਕੀਤਾ ਅਤੇ ਫੁੱਟਬਾਲ ਦਾ ਮੈਚ ਵੀ ਕਰਵਾਇਆ ਗਿਆ। ਅੱਜ ਸਪੋਰਟਸ ਸਟੇਡੀਅਮ ਦੀ ਸ਼ੁਰੂਆਤ ਕਰਨ ਆਇਆ, ਬੜਾ ਸੋਹਣਾ ਸਪੋਰਟਸ ਸਟੇਡੀਅਮ ਬਣਾਇਆ ਪੰਚਾਇਤ ਨੇ, ਇਹਨਾਂ ਨੂੰ ਮੈਂ ਵਧਾਈ ਦਿੰਦਾ, ਇੱਥੇ MLA ਸਾਹਿਬ ਨੂੰ ਵਧਾਈ ਦਿੰਦਾ, ਤਾਂ ਜੋ ਇਹਨਾਂ ਦੇ ਸਟੇਡੀਅਮ ਦਾ ਸਾਨੂੰ ਫਾਇਦਾ ਹੈ ਵੀ ਨੌਜਵਾਨ ਜਿਹੜੇ ਖੇਡਣ ਦੇ ਪਾਸੇ ਲੱਗ ਰਹੇ ਨੇ ਅਤੇ ਜਿਹੜੇ ਦੂਜੇ ਚੰਗੇ ਮਾੜੇ ਕੰਮ ਨੇ ਉਹਨਾਂ ਤੋਂ ਹਟ ਕੇ ਉਹਨਾਂ ਦਾ ਧਿਆਨ ਇਸ ਪਾਸੇ ਲੱਗਾ। ਕਿੰਨੇ ਪਿੰਡ ਹੈਗੇ ਜਿਹਨਾਂ 'ਚ ਖੇਡ ਸਟੇਡੀਅਮ ਦਾ? ਆਲਮੋਸਟ ਸਾਰੇ ਪਿੰਡਾਂ 'ਚ ਬਣ ਰਿਹਾ ਜੀ ਕੰਮ, ਹਰ ਪਿੰਡ ਵਾਲੇ ਸਟੇਡੀਅਮ ਮੰਗਦੇ ਨੇ, ਹਰ ਪਿੰਡ ਵਾਲੇ ਬੱਚੇ ਜਿਮ ਮੰਗਦੇ ਨੇ, ਸੋ ਇਹ ਕੰਮ ਚੱਲ ਰਿਹਾ ਜੀ ਬੜੇ ਜ਼ੋਰਾਂ 'ਚ। ਸਰ ਬਾਜਪਾ ਜੀ, ਬਜਟ ਤੋਂ ਇੱਕ ਹਟ ਕੇ ਸਵਾਲ ਆ ਕਿ ਪੰਜਾਬ ਦੀ ਕੈਬਨਿਟ ਤੁਹਾਡਾ ਵੀ ਇੱਕ ਨਾਮ ਮੰਨਿਆ ਜਾਂਦਾ ਜਿਹੜਾ ਕਾਟੋ ਪਲੇਸ ਪਾਰਟੀ ਚੱਲ ਰਿਹਾ ਜੀ, ਤੁਹਾਨੂੰ ਨਹੀਂ ਲੱਗਦਾ ਕਿ ਉਹਨੂੰ ਨੁਕਸਾਨ ਹੋਊ? ਜਿਵੇਂ ਪ੍ਰਗਟ ਸਿੰਘ ਨੇ ਅੱਜ ਕਿਹਾ ਕਿ 2022 'ਚ CM ਚਿਹਰਾ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਦੇਖਣਾ ਚਾਹੁੰਦੇ? ਚਲੋ ਜੀ, ਪ੍ਰਗਟ ਸਿੰਘ ਹੋਰ ਆਪਣੇ ਵਿਚਾਰ ਦੱਸੇ ਨੇ, ਚੀਫ ਮਿਨਿਸਟਰ ਕਿਹੜਾ ਹੋਣਾ ਹੈ ਅਤੇ ਹਾਈਕਮਾਂਡ ਦਾ ਕੰਮ ਆ, ਜਿਹਨੂੰ ਬਣਾਉਣਗੇ ਉਹ ਚੀਫ ਮਿਨਿਸਟਰ ਬਣਾਉਣਗੇ। ਸਰ ਕੋਵਿਡ ਨੂੰ ਲੈ ਕੇ ਤੁਹਾਨੂੰ ਤੁਸੀਂ ਵੀ ਕਿਹਾ ਕਿ ਉਹ ਪੰਚਾਇਤਾਂ ਨੂੰ 10 ਲੱਖ ਰੁਪਏ ਗ੍ਰਾਂਟ ਦੇਵਾਂ ਜਿਹੜੇ 100% ਟੈਸਟਿੰਗ ਕਰਾਉਣਗੇ, ਸਰ ਕੋਈ ਹੁਣ ਤੱਕ ਆਏ ਨੇ ਮਤੇ ਜਿਹੜੇ ਕਰਾਉਣ? ਨਹੀਂ, ਹਜੇ ਤੱਕ ਕੋਈ ਨਹੀਂ ਹੋਇਆ, ਜਦੋਂ ਟੈਸਟਿੰਗ ਨਹੀਂ ਜਿਹੜਾ ਜਿਹਨਾਂ ਦੀ ਉਹ ਵੈਕਸੀਨੇਸ਼ਨ ਜੇ 100% ਹੋ ਜਾਏਗਾ, ਉਹਨਾਂ ਨੂੰ CM ਸਾਹਿਬ ਨੇ 10-10 ਲੱਖ ਰੁਪਏ ਅਨਾਊਂਸ ਕੀਤਾ। ਅਤੇ ਜਿਹੜੇ ਕੋਵਿਡ ਨੂੰ ਲੈ ਕੇ ਅਗਲੀ ਰਣਨੀਤੀ ਕੀ ਰਹੇਗੀ ਪੰਜਾਬ ਸਰਕਾਰ? ਇਹ ਪੰਜਾਬ ਸਰਕਾਰ CM ਸਾਹਿਬ ਦੱਸਣਗੇ, ਜਿਸ ਤਰ੍ਹਾਂ ਦਾ ਮਾਹੌਲ ਬਣੇਗਾ, ਜਿਸ ਤਰ੍ਹਾਂ ਦੀ ਬਿਮਾਰੀ ਵਧੇ ਘਟੇਗੀ, ਉਹਦੇ ਮੁਤਾਬਕ ਫੈਸਲਾ ਹੁੰਦਾ। ਜਦੋਂ ਪੁਲਿਸ ਅਤੇ ਮੰਤਰੀਆਂ ਦੀ ਹਾਜ਼ਰੀ 'ਚ ਉੱਥੇ ਕੋਰੋਨਾ ਨਿਯਮਾਂ ਦੀ ਉਲੰਘਣਾ ਹੋਣ ਬਾਰੇ ADC ਸਕੱਤਰ ਸਿੰਘ ਬੱਲ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਘੱਟ ਲੋਕਾਂ ਨੂੰ ਇਕੱਠੇ ਕੀਤਾ ਗਿਆ ਅਤੇ ਸਭ ਨੇ ਮਾਸਕ ਵੀ ਲਗਾ ਕੇ ਰੱਖੇ ਸੀ। ਇੱਥੇ ਜਿਵੇਂ ਕਿ ਤੁਹਾਡੇ ਧਿਆਨ 'ਚ ਹੀ ਹੈਗਾ ਕਿ ਖੰਨਾ ਕੰਸਟੀਚੁਐਂਸੀ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ, ਤਾਂ ਬਹੁਤ ਸਾਰੇ ਕੰਮ ਕਰੋਨਾ ਕਰਕੇ ਉਹਨਾਂ ਦੇ ਫਾਰਮਲ ਜਿਹੜੇ ਆ ਉਦਘਾਟਨ ਆ ਉਹ ਨਹੀਂ ਕੀਤੇ ਜਾ ਸਕੇ ਸਨ। ਤਾਂ ਇਹ ਦੋ ਕੰਮ ਜਿਹੜੇ ਨੇ ਰੂਰਲ ਡਿਵੈਲਪਮੈਂਟ ਦੇ ਵਿੱਚ ਹੋਏ ਨੇ, ਇੱਕ ਮੋਹਨਪੁਰ ਦੇ ਵਿੱਚ ਔਰ ਇੱਕ ਰਸੂਲੜਾ ਦੇ ਵਿੱਚ, ਇਹਨਾਂ ਦੋਨਾਂ ਦਾ ਉਦਘਾਟਨ ਕਰਨ ਲਈ ਮੰਤਰੀ ਸਾਹਿਬ ਇੱਥੇ ਆਏ ਸੀਗੇ। ਹਾਂ ਬਿਲਕੁਲ, ਇਸ ਦੀ ਬਿਲਕੁਲ ਧਿਆਨ ਰੱਖਿਆ ਗਿਆ ਹੈਗਾ ਕਿ ਘੱਟ ਤੋਂ ਘੱਟ ਗੈਦਰਿੰਗ ਜਿਹੜੀ ਆ ਉਹ ਕੀਤੀ ਜਾਵੇ ਔਰ ਮਾਸਕ ਜਿਹੜਾ ਹੈਗਾ ਉਹ ਹਰੇਕ ਨੂੰ ਇੰਸ਼ੋਰ ਕੀਤਾ ਗਿਆ ਕਿ ਮਾਸਕ ਪਹਿਨਿਆ ਜਾਵੇ, ਤਾਂ ਗੈਦਰਿੰਗ ਜਿਹੜੀ ਆ ਉਹ ਘੱਟ ਤੋਂ ਘੱਟ ਹੀ ਰੱਖੀ ਗਈ ਹੈ। ਨਹੀਂ, ਇਕੱਠ ਬਿਲਕੁਲ ਤੁਹਾਡੀ ਗੱਲ ਠੀਕ ਹੈ, ਇਕੱਠ ਜਿਹੜਾ ਹੈਗਾ ਉਹ ਮਿਨੀਮਮ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਔਰ ਤੁਹਾਡੇ ਸਾਹਮਣੇ ਹੈ ਕਿ ਪ੍ਰੋਗਰਾਮ ਨੂੰ ਵੀ ਬਹੁਤ ਲਿਮਿਟਡ ਰੱਖਿਆ ਗਿਆ, ਕੋਈ ਲੰਬਾ ਸਮਾਂ ਨਹੀਂ ਰੱਖਿਆ ਗਿਆ ਕਿ ਜਿੰਨਾ ਵੀ ਘੱਟ ਤੋਂ ਘੱਟ ਸਮੇਂ 'ਚ 2-4 ਮਿੰਟ ਦੇ ਵਿੱਚ ਜਿਹੜਾ ਹੈਗਾ ਫਾਰਮਲੀ ਉਸ ਇਨੈਗੂਰੇਸ਼ਨ ਨੂੰ ਕੀਤਾ ਜਾ ਸਕਦਾ ਓਨਾ ਹੀ ਕੀਤਾ ਗਿਆ। ਭਾਵੇਂ ADC ਸਾਹਿਬ ਨੇ ਕਿਹਾ ਕਿ ਸਭ ਨੇ ਮਾਸਕ ਲਗਾਏ ਸੀ ਅਤੇ ਇਕੱਠ ਵੀ ਘੱਟ ਤੋਂ ਘੱਟ ਕੀਤਾ ਗਿਆ ਸੀ, ਪਰ ਫਿਰ ਵੀ ਦੇਖਿਆ ਜਾਵੇ ਤਾਂ ਸਰਕਾਰ ਵੱਲੋਂ ਸਿਰਫ 10 ਵਿਅਕਤੀ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਜੇ ਇਸ ਤੋਂ ਜ਼ਿਆਦਾ ਇਕੱਠ ਕਿਤੇ ਵੀ ਹੁੰਦਾ ਹੈ ਤਾਂ ਉਹਨਾਂ 'ਤੇ ਪੁਲਿਸ ਵੱਲੋਂ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੀਆਂ ਧਾਰਾਵਾਂ ਲਗਾ ਕੇ ਮਾਮਲਾ ਦਰਜ ਕੀਤਾ ਜਾਂਦਾ। ਸਟੇਡੀਅਮ ਦੇ ਉਦਘਾਟਨ ਦੀਆਂ ਤਸਵੀਰਾਂ ਦੇਖ ਕੇ ਚਰਚਾ ਇਹ ਛਿੜ ਗਈ ਕਿ ਕੋਰੋਨਾ ਨਿਯਮ ਸਿਰਫ ਆਮ ਲੋਕਾਂ ਲਈ ਹੀ ਲਾਗੂ ਹੁੰਦੇ ਨੇ, ਮੰਤਰੀਆਂ ਜਾਂ ਹੋਰ ਸਰਕਾਰੀ ਅਹੁਦੇਦਾਰਾਂ ਨੂੰ ਕੋਰੋਨਾ ਕੁਝ ਨਹੀਂ ਕਹਿੰਦਾ। ਬਿਊਰੋ ਰਿਪੋਰਟ, ਜਨਹਿਤੈਸ਼ੀ ਨਿਊਜ਼।